हेलो दोस्तों ਤੁਹਾਡਾ ਸਵਾਗਤ ਹੈ ਸਕੀਜਾ ਟਿਊਸ਼ਨਸ ਐਂਡ ਮਾਈ ਨੇਮ ਇਜ਼ ਤਮੰਨਾ ਅੱਜ ਆਪਣੀ ਸੋਸ਼ਲ ਸਾਇੰਸ ਦੀ ਕਲਾਸ ਹੈ 3rd ਕਲਾਸ ਹੈ ਜਿਹਦੇ ਚ ਆਪਾਂ 5th ਤੇ 6th ਚੈਪਟਰ ਕਰਾਂਗੇ ਠੀਕ ਹੈ ਅਗਰ ਕਿਸੇ ਨੂੰ ਲਾਸਟ ਵੀਡੀਓ ਚ ਕਿਸੇ ਚ ਵੀ ਡਾਊਟ ਹੈ ਪਲੀਜ਼ ਕਮੈਂਟ ਬਾਕਸ ਚ ਕਮੈਂਟ ਕਰ ਦਿਆ ਕਰੋ ਜਾਂ ਟੈਲੀਗ੍ਰਾਮ ਗਰੁੱਪ ਚ ਮੈਸੇਜ ਕਰ ਦਿਆ ਕਰੋ ਔਰ ਸਾਰੇ ਸਟੂਡੈਂਟ ਡੇਲੀ ਬੇਸਿਸ ਤੇ ਪਲੀਜ਼ ਕਲਾਸਿਸ ਲਗਾਇਆ ਕਰੋ ਠੀਕ ਹੈ ਕਿਉਂਕਿ ਹਾਲੇ ਆਪਣੇ ਕੋਲ ਐਮਟੀਟੀ ਦੀ ਨੋਟੀਫਿਕੇਸ਼ਨ ਨਹੀਂ ਆਈ ਜਿਨਾਂ ਨੂੰ ਨੋਟੀਫਿਕੇਸ਼ਨ ਆਏਗੀ ਆਪਣਾ ਆਲਮੋਸਟ ਸਿਲੇਬਸ ਪੂਰਾ ਹੋ ਜਾਏਗਾ ਠੀਕ ਹੈ ਬਿਨਾਂ ਕਿਸੇ ਦੇਰੀ ਤੋਂ ਆਪਾਂ ਆਪਦੀ ਅੱਜ ਦੀ ਕਲਾਸ ਸ਼ੁਰੂ ਕਰਦੇ ਆਂ ਫਰਸਟ ਕੁਐਸਚਨ ਹੈ ਚੈਪਟਰ ਦਾ ਨਾਮ ਕੀ ਹੈ ਧਰਤੀ ਦੇ ਪਰਿਮੰਡਲ ਠੀਕ ਹੈ ਫਰਸਟ ਕੁਐਸਚਨ ਆਪਣੇ ਕੋਲ ਕੀ ਹੈ ਥਲ ਮੰਡਲ ਕਿਸ ਨੂੰ ਆਖਦੇ ਹਨ ਥਲ ਮੰਡਲ ਤੋਂ ਭਾਵ ਧਰਤੀ ਦੇ ਭੂਮੀ ਵਾਲੇ ਭਾਗ ਤੋਂ ਹੈ ਕਿ ਜਿਹੜਾ ਧਰਤੀ ਦਾ ਭਾਗ ਕੀ ਹੈ ਥਲ ਮੰਡਲ ਤੋਂ ਭਾਵ ਜਿਹੜਾ ਧਰਤੀ ਤੇ ਭੂਮੀ ਵਾਲਾ ਭਾਗ ਹੈ ਠੀਕ ਹੈ ਜਿਸ ਵਿੱਚ ਉੱਚੇ ਪਰਬਤ ਡੂੰਘੀਆਂ ਘਾਟੀਆਂ ਵਿਸ਼ਾਲ ਮੈਦਾਨ ਅਤੇ ਪਠਾਰ ਸ਼ਾਮਿਲ ਹਨ ਦੁਬਾਰਾ ਫਿਰ ਤੋਂ ਸੁਣ ਲਓ ਥਲ ਮੰਡਲ ਤੋਂ ਭਾਵ ਧਰਤੀ ਦੇ ਭੂਮੀ ਵਾਲਾ ਭਾਗ ਜਿਸ ਵਿੱਚ ਉੱਚੇ ਪਰਬਤ ਡੂੰਗੀਆਂ ਘਾਟੀਆਂ ਵਿਸ਼ਾਲ ਮੈਦਾਨ ਅਤੇ ਪਠਾਰ ਸ਼ਾਮਿਲ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਥਲ ਮੰਡਲ ਆਖਿਆ ਜਾਂਦਾ ਹੈ ਠੀਕ ਹੈ ਨੈਕਸਟ ਅੱਗੇ ਸੈਕਿੰਡ ਕੁਐਸਚਨ ਹੈ ਧਰਤੀ ਤੇ ਪ੍ਰਮੁੱਖ भूरेखा के नाम दसो कि धरती के प्रमुख भूरेखा हैं फर्स्ट है भू रूपा के नाम दसने ने अपन, ठीक है कि भू रूप ने पहला पहाड़ दूजा पठार तीजा की है मैदान येन की ने तीन ने भू रूप ठीक है तीन भू रूप ने धरती के पहाड़ पठार मैदान ठीक है नैक्सट अगे की है ਪਰਬਤ ਲੜੀ ਕਿਸ ਨੂੰ ਆਖਦੇ ਹਨ ਪਹਾੜਾਂ ਦੇ ਉਹ ਥਲ ਰੂਪ ਜੋ ਆਪਣੇ ਆਪਣੇ ਆਲੇ ਦੁਆਲੇ ਸਤਲ ਤੋਂ ਉੱਚੇ ਵੱਖੀਆਂ ਤੋਂ ਟਲਾਂਦਾਰ ਅਤੇ ਉੱਪਰਲੇ ਸਿਰਿਆਂ ਤੋਂ ਠਿਕਾਣੇ ਹੁੰਦੇ ਹਨ ਇਹ ਆਮ ਕਰਕੇ ਧਰਤੀ ਤੇ ਇੱਕ ਲੜੀ ਦੇ ਰੂਪ ਵਿੱਚ ਹੁੰਦੇ ਹਨ ਕੀ ਕਹਿੰਦੇ ਨੇ ਪਹਾੜਾਂ ਦੇ ਉਹ ਥਲ ਰੂਪ ਜੋ ਆਪਣੇ ਆਪਣੇ ਆਲੇ ਦੁਆਲੇ ਤੋਂ ਉੱਚੇ ਜਿਹੜੇ ਕੀ ਹੈ ਆਪਣੇ ਆਪ ਦੇ आले-ਦਾਲੇ ਤੋਂ ਉੱਚੇ ਵੱਖਿਆਂ ਤੋਂ ਟਲਾਂਦਾਰ ਹੁੰਦੇ ਨੇ ਤੇ ਉੱਪਰਲੇ ਸਿਰਿਆਂ ਤੋਂ ਜਿਹੜੇ ਤਿਕੋਣੇ ਹੁੰਦੇ ਨੇ ਮਤਲਬ ਟ੍ਰਾਇੰਗਲ ਸ਼ੇਪ ਚ ਹੁੰਦੇ ਨੇ ਇਹ ਆਮ ਕਰਕੇ ਧਰਤੀ ਦੇ ਇੱਕ ਲੜੀ ਦੇ ਰੂਪ ਵਿੱਚ ਹੁੰਦੇ ਹਨ ਇਸ ਨੂੰ ਕੀ ਕਿਹਾ ਜਾਂਦਾ ਪर्वਤ ਲੜੀ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਕੀ ਹੈ ਵਾਯੂ ਮੰਡਲ ਜੀਵਨ ਪ੍ਰਣਾਲੀ ਨੂੰ ਜਿਉਂ ਵਿੱਚ ਕਿਵੇਂ ਸਹਾਇਤਾ ਕਰਦਾ ਹੈ ਫਸਟ ਪੁਆਇੰਟ ਵਾਯੂ ਮੰਡਲ ਤੋਂ ਆਕਸੀਜਨ ਗੈਸ ਲੈ ਕੇ ਜੀਵ ਸਾਹ ਲੈਂਦੇ ਹਨ ਸੈਕਿੰਡ ਵਾਯੂ ਮੰਡਲ ਵਿਚਲੀ ਨਾਈਟ੍ਰੋਜਨ ਗੈਸ ਸਜੀਵਾ ਦੇ ਵਦਨ ਫੁੱਲਣ ਵਿੱਚ ਸਹਾਇਤਾ ਕਰਦੀ ਹੈ ਠੀਕ ਹੈ ਥਰਡ ਕੀ ਹੈ ਵਾਯੂ ਮੰਡਲ ਤੋਂ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਪੌਦੇ ਆਪਣਾ ਭੋਜਨ ਬਣਾਉਂਦੇ ਹਨ ਪਹਿਲਾ ਕੀ ਹੈ ਵਾਯੂ ਮੰਡਲ ਤੋਂ ਆਕਸੀਜਨ ਗੈਸ ਲੈ ਕੇ ਜੀਵ ਜਿਹੜੇ ਨੇ ਸਾਹ ਲੈਂਦੇ ਨੇ ਠੀਕ ਹੈ ਫਿਰ ਕੀ ਹੈ ਵਾਯੂ ਮੰਡਲ ਚ ਜਿਹੜੀ ਨਾਈਟ੍ਰੋਜਨ ਗੈਸ ਹੈ ਸਜੀਵ ਦੇ ਵਦਨ ਫੁੱਲਣ ਵਿੱਚ ਸਹਾਇਤਾ ਕਰਦੀ ਹੈ ਤੀਜਾ ਕੀ ਕਹਿੰਦੇ ਨੇ ਵਾਯੂ ਮੰਡਲ ਤੋਂ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਪੌਦੇ ਆਪਣਾ ਭੋਜਨ ਬਣਾਉਂਦੇ ਹਨ ਠੀਕ ਹੈ ਇਹ ਕੀ ਹੈ ਵਾਯੂ ਮੰਡਲ ਹੈ ਜਿਹੜਾ ਉਹ ਜੀਵਨ ਪ੍ਰਣਾਲੀ ਨੂੰ ਜ਼ੋਨ ਵਿੱਚ ਸਹਾਇਤਾ ਕਰਦਾ ਹੈ ਅੱਗੇ ਕੀ ਹੈ 5th ਕੁਐਸਚਨ ਮੇਜਪੂਰੂਪ ਕਿਸ ਨੂੰ ਅਤੇ ਕਿਉਂ ਆਖਦੇ ਹਨ ਮੇਜਪੂਰੂਪ ਪਠਾਰ ਨੂੰ ਆਖਦੇ ਹਨ ਕਿਉਂਕਿ ਇਸ ਦਾ ਉੱਪਰਲਾ ਸਿਰਾ ਮੇਜ਼ ਦੀ ਤਰ੍ਹਾਂ ਪੱਧਰਾ ਹੁੰਦਾ ਹੈ ਕਿਉਂ ਆਖਦੇ ਨੇ ਕਿਉਂਕਿ ਇਹਦਾ ਉੱਪਰਲਾ ਸਿਰਾ ਮੇਜ਼ ਦੀ ਤਰ੍ਹਾਂ ਪਧਰਾ ਹੁੰਦਾ ਠੀਕ ਹੈ ਤੇ ਕਿਨੂੰ ਆਖਦੇ ਨੇ ਪਠਾਰ ਠੀਕ ਹੈ 6th ਕੁਐਸਚਨ ਹੈ ਜਲ ਮੰਡਲ ਦੀ ਮਨੁੱਖ ਲਈ ਕੀ ਮਹੱਤਤਾ ਹੈ ਕਿ ਜਲ ਮੰਡਲ ਦੀ ਮਨੁੱਖ ਵਾਸਤੇ ਕੀ ਮਹੱਤਤਾ ਹੈ ਪਹਿਲਾ ਪੁਆਇੰਟ ਜਲ ਮੰਡਲ ਤੋਂ ਮਨੁੱਖਾਂ ਜੀਵ ਜੰਤੂਆਂ ਅਤੇ ਪੇੜ ਪੌਦਿਆਂ ਨੂੰ ਪਾਣੀ ਪ੍ਰਾਪਤ ਹੁੰਦਾ ਹੈ ਜੋ ਕਿ ਉਹਨਾਂ ਦੇ ਜਿਉਂਦੇ ਰਹਿਣ ਲਈ ਬਹੁਤ ਜ਼ਰੂਰੀ ਹੈ ਕੀ ਹੈ ਜਲ ਮੰਡਲ ਤੋਂ ਮਨੁੱਖਾਂ ਨੂੰ ਜਿਹੜਾ ਕੀ ਹੈ ਜੀਵ ਜੰਤੂਆਂ ਨੂੰ ਪੇੜ ਪੌਦਿਆਂ ਨੂੰ ਪਾਣੀ ਮਿਲਦਾ ਜਿਹੜੇ ਕੀ ਜਿਉਂਦੇ ਰਹਿਣ ਚ ਉਹਨਾਂ ਦੀ ਹੈਲਪ ਕਰਦੇ ਨੇ ਜਲ ਮੰਡਲ ਵਰਖਾ ਲਿਆਉਣ ਲਈ ਸਹਾਇਤਾ ਕਰਦਾ ਹੈ ਇਸ ਤੋਂ ਇਲਾਵਾ ਦਰਿਆ ਛਿੱਲਾਂ ਤੇ ਸਾਗਰ ਮੱਛੀਆਂ ਨੂੰ ਦੇ ਰੂਪ ਵਿੱਚ ਮਨੁੱਖ ਨੂੰ ਭੋਜਨ ਪ੍ਰਦਾਨ ਕਰਦੇ ਹਨ ਠੀਕ ਹੈ ਇਹ ਕੀ ਸੀ ਜਲ ਮੰਡਲ ਦੀ ਮਨੁੱਖ ਲਈ ਮਹੱਤਤਾ 7 ਕੁਐਸਚਨ ਹੈ ਮਹਾਦੀਪ ਕਿਸ ਨੂੰ ਆਖਦੇ ਹਨ ਧਰਤੀ ਦੇ ਉਹ ਵੱਡੇ ਭਾਗ ਜਿਹੜੇ ਤਿੰਨ ਜਾਂ ਚਾਰ ਪਾਸਿਆਂ ਤੋਂ ਪਾਣੀ ਨਾਲ ਘਿਰੇ ਹੁੰਦੇ ਹਨ ਉਹਨੂੰ ਕੀ ਕਿਹਾ ਜਾਂਦਾ ਹੈ ਮਹਾਦੀਪ ਕਿਹਾ ਜਾਂਦਾ ਹੈ ਅੱਗੇ ਕੀ ਹੈ ਧਰਤੀ ਦੇ ਕਿੰਨੇ ਮਹਾਦੀਪ ਹਨ ਅਤੇ ਸਭ ਤੋਂ ਵੱਡਾ ਕਿਹੜਾ ਹੈ ਟੋਟਲ 7 ਮਹਾਦੀਪ ਨੇ ਏਸ਼ੀਆ ਅਫਰੀਕਾ ਯੂਰਪ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਆਸਟ੍ਰੇਲੀਆ ਤੇ ਅੰਟਾਰਕਟਿਕ ਇਹ ਕਿੰਨੇ 7 ਮਹਾਦੀਪ ਨੇ ਸਭ ਤੋਂ ਵੱਡਾ ਕਿਹੜਾ ਏਸ਼ੀਆ ਸਭ ਤੋਂ ਛੋਟਾ ਕਿਹੜਾ ਅੰਟਾਰਕਟਿਕ ਠੀਕ ਹੈ ਇਹ ਸੱਤ ਕੀ ਨੇ ਮਹਾਦੀਪ ਨੇ ਏਸ਼ੀਆ ਅਫਰੀਕਾ ਯੂਰਪ ਉੱਤਰ ਅਮਰੀਕਾ ਦੱਖਣੀ ਅਮਰੀਕਾ ਆਸਟ੍ਰੇਲੀਆ ਤੇ ਅੰਟਾਰਕਟਿਕ ਠੀਕ ਹੈ ਨੈਕਸਟ ਹੈ ਮਹਾਸਾਗਰਾਂ ਦੇ ਨਾਮ ਦੱਸੋ ਅਤੇ ਗਲੋਬ ਤੇ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ ਚਾਰ ਮਹਾਸਾਗਰ ਹਨ ਸ਼ਾਂਤ ਮਹਾਸাগর ਅੰਧ ਮਹਾਸাগর ਹਿੰਦ ਮਹਾਸਾਗਰ ਤੇ ਆਰਕਟਿਕ ਮਹਾਸਾਗਰ ਇਹ ਚਾਰ ਕੀਨੇ ਮਹਾਸਾਗਰ ਨੇ ਔਰ ਗਲੋਬ ਚਨ ਨੂੰ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਨੀਲੇ ਰੰਗ ਨਾਲ ਦਰਸਾਇਆ ਜਾਂਦਾ ਹੈ ਠੀਕ ਹੈ 10th ਕੁਐਸਚਨ ਹੈ ਜੀਵ ਮੰਡਲ ਕਿਸ ਨੂੰ ਆਖਦੇ ਹਨ ਇਸ ਬਾਰੇ ਸੰਖੇਪ ਜਾਣਕਾਰੀ ਦਿਓ ਧਰਤੀ ਦੇ ਜਿਸ ਭਾਗ ਤੇ ਵੱਖ-ਵੱਖ ਜੀਵ ਜੰਤੂ ਅਤੇ ਪੇੜ-ਪੌਦੇ ਰਹਿੰਦੇ ਹਨ ਉਸ ਨੂੰ ਜੀਵ ਮੰਡਲ ਆਖਦੇ ਹਨ ਕੀ ਕਹਿੰਦੇ ਨੇ ਧਰਤੀ ਦੇ ਕਿਸੇ ਵੀ ਹਿੱਸੇ ਤੇ ਜਿਹੜਾ ਹਿੱਸਾ ਹੈ ਉੱਥੇ ਵੱਖ-ਵੱਖ ਜੀਵ ਜੰਤੂ ਤੇ ਪੇੜ-ਪੌਦੇ ਰਹਿੰਦੇ ਨੇ ਉਹਨੂੰ ਜੀਵ ਮੰਡਲ ਕਿਹਾ ਜਾਂਦਾ ਹੈ ਇਸ ਨੂੰ ਜੀਵਨ ਪੱਟੀ ਵੀ ਕਿਹਾ ਜਾਂਦਾ ਹੈ ਇਹ ਧਰਤੀ ਦੀ ਤਹਿ ਤੋਂ ਕੁਝ ਹੇਠਾਂ ਪਾਣੀ ਵਿੱਚ ਅਤੇ ਧਰਤੀ ਦੀ ਤਹਿ ਤੋਂ ਕੁਝ ਉੱਪਰ ਹਵਾ ਤੱਕ ਫੈਲਿਆ ਹੈ ਠੀਕ ਹੈ ਇਹਨੂੰ ਕੀ ਕਿਹਾ ਜਾਂਦਾ ਜੀਵ ਮੰਡਲ ਆਖਿਆ ਜਾਂਦਾ ਹੈ ਜੀਵ ਮੰਡਲ ਦਾ ਪ੍ਰਮੁਖ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਕਿੰਨਾ ਗੱਲਾਂ ਦੇ ਧਿਆਨ ਰੱਖਣਾ ਚਾਹੀਦਾ ਹੈ ਪਹਿਲਾ ਮਨੁੱਖ ਨੂੰ ਵੱਧਦੀ ਜਨਸੰਖਿਆ ਤੇ ਰੋਗ ਲਗਾਉਣੀ ਚਾਹੀਦੀ ਹੈ ਕੁਦਰਤੀ ਸਾਧਨਾ ਦੀ ਸਾਵਧਾਨੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਮਨੁੱਖ ਨੂੰ ਜਿਉ ਤੇ ਜੀਣ ਦੇੋ ਦਾ ਨਿਯਮ ਅਪਣਾਉਣਾ ਚਾਹੀਦਾ ਹੈ ਕੀ ਹੈ ਮਨੁੱਖ ਨੂੰ ਜਨਸੰਖਿਆ ਦੇ ਕੰਟਰੋਲ ਕਰਨਾ ਚਾਹੀਦਾ ਹੈ ਕੁਦਰਤੀ ਸਾਧਨਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ ਤਮਨੁਖ ਨੂੰ ਜੀਓ ਤੇ ਜੀਨ ਦੇ ਉਹਦਾ ਕੀ ਨਿਯਮ ਨਿਯਮ ਅਪਣਾਉਣਾ ਚਾਹੀਦਾ ਹੈ ਲੈਟ ਐਂਡ ਲੈਟ ਲਿਪ ਠੀਕ ਹੈ ਇਹ ਆਪਣੇ ਕੁਐਸਚਨ ਸੀ ਅੱਗੇ ਕੁਝ ਕੀ ਪੁਆਇੰਟਸ ਨੇ ਪਹਿਲਾ ਕੀ ਹੈ ਆਸਟ੍ਰੇਲੀਆ ਸਭ ਤੋਂ ਛੋਟਾ ਮਹਾਦੀਪ ਹੈ ਠੀਕ ਹੈ ਅੱਗੇ ਕੀ ਹੈ ਆਰਕਟਿਕ ਸਾਗਰ ਨੇ ਉੱਤਰੀ ਧਰੂਪ ਚਫੇਰੀਓਂ ਘੇਰਿਆ ਹੋਇਆ ਹੈ ਉੱਪਰ ਮੈਂ ਸੌਰੀ ਗਲਤ ਕਹਿਤਾ ਸੀ ਆਸਟ੍ਰੇਲੀਆ ਜਿਹੜਾ ਸਭ ਤੋਂ ਛੋਟਾ ਮਹਾਦੀਪ ਹੈ ਠੀਕ ਹੈ आर्कटिक सागर ਨੇ ਉਤਰੀ ਤਰੂਫ ਸੁਪੇਰੀਓ ਕੇ ਚੁਪੇਰੀਓ ਕੇ ਰਿਆ ਹੋਇਆ ਹੈ ਧਰਤੀ ਦਾ 2/3 ਹਿੱਸਾ ਪਾਣੀ ਨੇ ਘੇਰਿਆ ਹੋਇਆ ਹੈ ਅੰਟ Arctick ਮਹਾਦੀਪ ਨੂੰ ਚਿੱਟਾ ਮਹਾਦੀਪ ਕਦੇ ਹਨ ਕਿਉਂਕਿ ਬਰਫ਼ ਨਾਲ ਢਕਿਆ ਹੋਇਆ ਹੈ ਪੰਜਵਾਂ ਕੀ ਹੈ ਜੀਵ ਪਰਿਮੰਡਲ ਨੂੰ ਤਿੰਨੇ ਪਰਿਮੰਡਲ ਪ੍ਰਭਾਵਿਤ ਕਰਦੇ ਹਨ ਠੀਕ ਹੈ ਅੱਗੇ ਕੀ ਹੈ ਚੈਪਟਰ 6 ਸਾਡਾ ਭਾਰਤ ਸੰਸਾਰ ਵਿੱਚ ਠੀਕ ਹੈ ਹੁਣ ਕੀ ਹੈ ਫਰਸਟ ਕੁਐਸਚਨ ਹੈ ਕਿਹੜੀ ਅਕਸ਼ਾਂਸ਼ ਰੇਖਾ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ ਉਹਨਾਂ ਦੋ ਹਿੱਸਿਆਂ ਦੇ ਨਾਮ ਦੱਸੋ ਕਰਕ ਰੇਖਾ ਭਾਰਤ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ ਦੱਖਣ ਹਿੱਸੇ ਨੂੰ ਉਸ਼ਣਖੰਡੀ ਅਤੇ ਉੱਤਰੀ ਹਿੱਸੇ ਨੂੰ ਉਪ ਉਸ਼ਣਖੰਡੀ ਕਿਹਾ ਜਾਂਦਾ ਹੈ ਕਿਹੜੀ ਰੇਖਾ ਹੈ ਕਰਕ ਰੇਖਾ ਹੈ ਉਹ ਦੋ ਇਸ ਤਰ੍ਹਾਂ ਵੰਡਦੀ ਹੈ ਠੀਕ ਹੈ ਦੱਖਣ ਹਿੱਸੇ ਨੂੰ ਉਸ਼ਣਖੰਡੀ ਕਹਿੰਦੇ ਨੇ ਤੇ ਉੱਤਰੀ ਹਿੱਸੇ ਨੂੰ ਉਪ ਉਸ਼ਣਖੰਡੀ ਆਖਦੇ ਹਨ ਠੀਕ ਹੈ ਸੈਕਿੰਡ ਹੈ ਭਾਰਤ ਦੇ ਗੁਆਂਢੀ ਦੇਸ਼ਾਂ ਦਾ ਨਾਮ ਲਿਖੋ ਪਾਕਿਸਤਾਨ afghanistan ਚੀਨ ਨੇਪਾਲ ਬੁਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਮਿਆਂਮਾਰ ਇਹ ਕੀ ਨੇ ਅੱਠ ਕਿਹੜੇ ਗੁਆਂਢੀ ਦੇਸ਼ ਨੇ ਭਾਰਤ ਦੇ ਦੁਬਾਰਾ ਫਿਰ ਤੋਂ ਸੁਣ ਲਓ ਪਾਕਿਸਤਾਨ afghanistan ਚੀਨ ਨੇਪਾਲ ਬੁਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਮਿਆਂਮਾਰ ਠੀਕ ਹੈ ਅੱਗੇ 3rd ਕੁਐਸਚਨ ਹੈ ਗਲੋਬ ਤੋਂ ਭਾਰਤ ਦੀ ਅਕਸ਼ਾਂਸ਼ ਅਤੇ ਦੇਸ਼ਾਂਤਰ ਸਥਿਤੀ ਦੱਸੋ ਭਾਰਤ 8° 4' ਉੱਤਰ ਤੋਂ 37° 6' ਉੱਤਰ ਅਕਸ਼ਾਂਸ਼ ਅਤੇ 68° 7' ਪੂਰਬ ਤੋਂ 97° 25' ਪੂਰਬ ਦੇਸ਼ਾਂਤਰ ਤੱਕ ਫੈਲਿਆ ਹੋਇਆ ਹੈ ਕੀ ਹੈ ਭਾਰਤ 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ ਅਕਸ਼ਾਂਸ਼ ਤੱਕ ਤੇ 68 ਡਿਗਰੀ 7 ਮਿੰਟ ਪੂਰਬ ਤੋਂ 97 ਡਿਗਰੀ 25 ਮਿੰਟ ਪੂਰਬ ਦੇਸ਼ਾਂਤਰ ਤੱਕ ਫੈਲਿਆ ਹੋਇਆ ਹੈ ਠੀਕ ਹੈ ਅੱਗੇ फोर्थ ਕੁਐਸਚਨ ਹੈ ਭਾਰਤ ਨੂੰ ਇੱਕ ਉਪਮਹਾਦੀਪ ਕਿਉਂ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਜੀ ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ ਇਸ ਲਈ ਇਸ ਨੂੰ ਉਪਮਾਦੀਪ ਕਿਹਾ ਜਾਂਦਾ ਹੈ ਅੱਗੇ ਭਾਰਤ ਨੂੰ ਰਾਜਨੀਤਿਕ ਤੌਰ ਤੇ ਕਿੰਨੇ ਰਾਜਾਂ ਵਿੱਚ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਹੈ ਕਿੰਨੀਆਂ ਸਟੇਟ ਤੇ ਕਿੰਨੀਆਂ ਯੂਨੀਅਨ ਟੈਰੀਟਰੀਜ਼ ਭਾਰਤ ਨੂੰ 28 ਰਾਜਾਂ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਹੈ ਵੰਡਿਆ ਹੋਇਆ ਹੈ 28 ਸਟੇਟਸ ਤੇ 9 ਯੂਨੀਅਨ ਟੈਰੀਟਰੀਜ਼ ਨੇ ਕਿੰਦੀਆ ਇੰਡੀਆ ਦੀ। ਉਹ ਤਿੰਨ ਸਾਗਰਾਂ ਦੇ ਨਾਂ ਲਿਖੋ ਜਿਨ੍ਹਾਂ ਨੇ ਭਾਰਤੀ ਪ੍ਰਾਇਦੀਪ ਨੂੰ ਘੇਰਿਆ ਹੈ। ਹਿੰਦ ਮਹਾਸਾਗਰ, ਅਰਬ ਸਾਗਰ ਤੇ ਬੰਗਾਲ ਦੀ ਖਾੜੀ ਜਿਹਨੂੰ ਬੇ ਆਫ ਬੰਗਾਲ ਵੀ ਕਿਹਾ ਜਾਂਦਾ ਹੈ। ਕਿਹੜੇ-ਕਿਹੜੇ ਤਿੰਨ ਨੇ? ਹਿੰਦ ਮਹਾਸਾਗਰ, ਅਰਬ ਸਾਗਰ ਤੇ ਬੰਗਾਲ ਦੀ ਖਾੜੀ। ਅੱਗੇ ਕੁਝ ਇੱਥੇ ਕੁਐਸਚਨਸ ਖਤਮ ਹੋਏ ਨੇ ਕੁਝ ਕੀ ਪੁਆਇੰਟਸ ਨੇ। ਆਕਾਰ ਦੇ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ? ਰਾਜਸਥਾਨ ਹੈ ਸਭ ਤੋਂ ਛੋਟਾ ਗੋਆ ਹੈ ਠੀਕ ਹੈ 인ਦਰਾ ਪੁਆਇੰਟ ਭਾਰਤ ਦੇ ਬਿਲਕੁਲ ਦੱਖਣੀ ਸਿਰੇ ਤੇ ਹੈ ਤੇ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਅੱਜ ਆਪਾਂ ਦੋ ਚੈਪਟਰਸ ਕੀਤੇ ਨੇ ਠੀਕ ਹੈ ਇੱਕ ਕੀਤਾ ਫਿਫਥ ਧਰਤੀ ਦੇ ਪਰਿਮੰਡਲ ਇੱਕ ਕੀਤਾ ਸਾਡਾ ਭਾਰਤ ਸੰਸਾਰ ਵਿੱਚ ਅਗਰ ਕਿਸੇ ਨੂੰ ਕਿਸੇ ਵੀ ਕੁਐਸਚਨ 'ਚ ਡਾਊਟ ਹੋਏ ਪਲੀਜ਼ ਕਮੈਂਟ ਬਾਕਸ 'ਚ ਦੱਸ ਦਿਓ ਠੀਕ ਹੈ या टेलीग्राम के ग्रुप से मैसेज कर दियो और प्लीज़ सारे बच्चे वो तो वो वीडियो शेयर करया करो और सारे बच्चे जेडी क्लास लगाया करो ठीक है आज दी क्लास अपनी इतें ही खत्म होंगी है थैंक यू थैंक यू वेरी मच